ਦਨਸ਼ਰੀ ਮਹਿਨਾ ਪਹਿਲਾ ਕਾਇਆ ਕਾਗਜ਼ ਮਨ ਪਰਵਾਣਾ ਸਿਰ ਕੇ ਲੇਖ ਨਪੜਿਆਣਾ ਦਰਗਾ ਘੜੀਏ ਤੀਨੇ ਲੇਖੋ ਖੋਟ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਅਖੇ ਸਭ ਕੋਏ ਰਹਾਉ ਕਾਜ਼ੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀញਾਂ ਕਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਉਜਾਰੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨਿਸ਼ ਬੰਦ ਸੋਈ ਦਿਲ ਤੋਵੇ ਮੁਸਲਮਾਨ ਸੋਈ ਮਲ ਖੋਵੇ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਾ ਕਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਉਂ-ਜਿਉਂ ਗੁਰੂ ਕਿਰਪਾ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ ਤਾਂ ਪਾਹੀ ਗੁਰਦਾਸ ਜੀ ਦੇ ਇੱਕ ਕਥਨ ਬਿਲਕੁਲ ਪੱਥਰ ਤੇ ਲੀਕ 16 ਅਨੁਠੀ ਕਿ ਪਾਤਸ਼ਾਹ ਦੀ ਉਪਦੇਸ਼ ਕਰਨ ਦਾ ਤਰੀਕਾ ਕਿਸੇ ਇੱਕ ਫਿਰਕੇ ਕਿਸੇ ਇੱਕ ਜਮਾਤ ਕਿਸੇ ਇੱਕ ਬਰਾਦਰੀ ਕਿਸੇ ਇੱਕ ਧਰਮ ਦੇ ਮੰਨਣ ਵਾਲੇ ਲੋਕਾਂ ਨੂੰ ਨਹੀਂ ਇਸੇ ਲਈ ਭਾਈ ਗੁਰਦਾਸ ਜੀ ਨੇ فرمایا ਕਰਤਾਰਨ ਗੁਰੂ ਨਾਨਕ ਆਇਆ ਕਿਉਂਕਿ ਸੰਸਾਰ ਦੀ ਜੋ ਹਾਲਤ ਸੀ ਉਸ ਹਾਲਤ ਦੇ ਅਨੁਸਾਰ ਕਹਿੰਦੇ ਨੇ ਧਰਤੀ ਨੇ ਧਰਤੀ ਦੇ ਜੀਵਾਂ ਨੇ ਪਰਮਾਤਮਾ ਅੱਗੇ ਫਰਿਆਦ ਕੀਤੀ ਮਹਾਰਾਜ ਐਸੋ ਲਈ ਸਾਡੀ ਹਾਲਤ ਬਹੁਤ ਦੁਖਦਾਈ ਹੈ ਮਿਹਰ ਕਰੋ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਇਹ ਪੰਕਤੀ ਆਪਣੇ ਆਪ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਲਈ ਮੁਕੰਮਲ ਵਿਆਖਿਆ ਹੈ ਕਈ ਵਾਰੀ ਕਈ ਲੋਕ ਹੋਰ ਨਾਲ ਦੀ ਗੱਲ ਛੱਡੋ ਮੈਂ ਤੇ ਆਪਣੇ ਸਿੱਖ ਧਰਮ ਦੇ ਵਿਦਵਾਨਾਂ ਵੱਲ ਵੇਖਦਾ ਸਿੱਖ ਧਰਮ ਅਸਥਾਨਾਂ ਦੇ ਮੁਖੀਆਂ 'ਬਰ ਵੇਖਦਾ ਤੇ ਜਿਹੜੇ ਕੌਮ ਦੀ ਅਗਵਾਈ ਕਰ ਰਹੇ ਨੇ ਉਹਨਾਂ 'ਬਰ ਵੇਖਦਾ ਅਸੀਂ ਕਿਸੇ ਦੂਜੇ ਨੂੰ ਕੀ ਉਲੰਭਾ ਦੇ ਸਕਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਂਦੇ ਹਾਂ ਤੇ ਗੁਰੂ ਦੀ ਬਾਣੀ ਨੂੰ ਕਦੇ ਵਿਚਾਰਦੇ ਹੀ ਨਹੀਂ ਜੇ ਵਿਚਾਰ ਲਈਏ ਸਾਨੂੰ ਅੱਜ ਵੀ ਸਮਝ ਆ ਜਾਏ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਉਪਦੇਸ਼ ਕੀਤਾ ਉਹ ਕਿਸੇ ਇੱਕ ਫਿਰਕੇ ਇੱਕ ਬਰਾਦਰੀ ਲਈ ਨਹੀਂ ਕੀਤਾ ਇਸ ਲਈ ਸਬਦ ਦਾ ਸੰਝਾ ਤਨ ਗੁਰੂ ਨਾਨਕ ਕਿਹਾ ਜਾਂਦਾ ਏਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਕਿਉਂਕਿ ਮੁਸਲਮਾਨਾਂ ਵਿੱਚ ਪੀਰ ਕਿਹਾ ਜਾਂਦਾ ਹੈ ਹਿੰਦੂਆਂ ਵਿੱਚ ਗੁਰੂ ਕਿਹਾ ਜਾਂਦਾ ਆਖਿਆ ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਐਸੀ ਹੈ ਜ਼ਾਹਰ ਪੀਰ ਜਗਤ ਗੁਰੂ ਬਾਬਾ ਉਹ ਮੁਸਲਮਾਨਾਂ ਲਈ ਪੀਰ ਵੀ ਹਨ ਹਿੰਦੂਆਂ ਲਈ ਜਗਤ ਗੁਰੂ ਵੀ ਹਨ ਔਰ ਉਹਨਾਂ ਦਾ ਉਪਦੇਸ਼ ਕਿਸੇ ਇੱਕ ਫਿਰਕੇ ਲਈ ਨਹੀਂ हां ਜੇ ਅਸੀਂ ਆਪਣੀਆਂ ਅੱਖਾਂ ਤੇ ਮਤਸਬ ਦੀ ਪੱਟੀ ਬਨ ਕੇ ਪੜਾਂਗੇ ਫਿਰ ਸਮਝ ਹੀ ਨਹੀਂ ਆ ਸਕਦਾ ਜੇ ਸਾਡੀਆਂ ਅੱਖਾਂ ਤੇ ਕੋਈ ਮذਬੀ جنੂਨ ਦੀ ਪੱਟੀ ਹੋਵੇਗੀ ਨਹੀਂ ਸਮਝਾਂਗੇ ਪਰ ਜੇ ਅਸੀਂ ਨਿਰਪੱਖ ਹੋ ਕੇ ਬਾਬੇ ਦੇ ਵਿਚਾਰਾਂ ਨੂੰ ਪੜਾਂਗੇ ਸਾਨੂੰ ਆਪਣਾ ਆਪ ਸਵਾਰਨ ਦੀ ਪ੍ਰੇਰਣਾ ਵੀ ਮਿਲੇਗੀ ਔਰ ਜਿਹੜਾ ਵੀ ਪੜੇਗਾ ਉਸੇ ਨੂੰ ਸਿੱਖਿਆ ਮਿਲੇਗੀ। ਤੋਂ ਇਸ 5 ਮੰਨੀ ਸ਼ਬਦ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਦੇ ਜੋ ਧਾਰਮਿਕ ਆਗੂ ਸਨ ਜਿਨ੍ਹਾਂ ਵਿੱਚ ਮੁਸਲਮਾਨਾਂ ਦਾ ਕਾਜੀ ਸੀ, ਹਿੰਦੂਆਂ ਦਾ ਬ੍ਰਾਹਮਣ ਸੀ ਅਤੇ ਤੀਜੇ ਨੰਬਰ ਤੇ ਜੋਗੀ ਸੀ। ਇਨਾਂ ਤੇ ਨਾ ਦਾ ਹੀ ਬੋਲ ਬਾਲਾ ਸੀ ਕਿਉਂਕਿ ਕਾਜ਼ੀਆਂ ਮੁਸਲਮਾਨਾਂ ਦੀ ਹਕੂਮਤ ਸੀ ਤੇ ਮੁਸਲਮਾਨ ਹਾਕਮਾਂ ਨੇ ਪਰਜਾ ਉੱਤੇ ਜ਼ੁਲਮ ਕਰਨ ਲਈ ਤੇ ਆਪਣੇ ਆਪ ਨੂੰ ਬਰੀ ਰੱਖਣ ਲਈ ਉਹਨਾਂ ਨੇ ਕਾਜ਼ੀ ਨੂੰ ਨਾਲ ਸ਼ਾਮਲ ਕਰ ਲਿਆ ਤੇ ਕਾਜ਼ੀ ਕੋਲੋਂ ਫਤਵਾ ਲੈਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਬ੍ਰਾਹਮਣ ਜਿਸ ਨੇ ਵਰਣਵੰਡ ਕਰਕੇ ਸਾਰੀ ਮਨੁੱਖਤਾ ਦਾ ਝੁਗਾ ਚੌੜ ਕੀਤਾ ਇਹਨਾਂ ਨੂੰ ਖੱਤਰੀ ਬ੍ਰਾਹਮਣ ਵੈਸ਼ ਸੂਦ ਵਿੱਚ ਵੰਡ ਦਿੱਤਾ ਤੇ ਆਪ ਵੱਡਾ ਬਣ ਬੈਠੋ ਤੇ ਲੋਕਾਂ ਨੂੰ ਸਹੀ ਮਾਰਗ ਤੇ ਤੋਰਨ ਦੀ ਬਜਾਏ ਗਲਤ ਰਸਤੇ ਤੋਰੇ ਤੇ ਜੋਗੀਆਂ ਬਾਰੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਸਪਸ਼ਟ رائے ਇਹ ਤਾਂ ਭੀਮਨ ਦੀ ਯੁਗਤ ਜਾਣਦੇ ਨਹੀਂ ਇਹ ਅੰਨੇ ਹਨ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਵਸਾਉਣਾ ਸੀ ਸਿੱਧੇ ਰਸਤੇ ਪਾਉਣਾ ਸੀ ਇਹ ਤਾਂ ਤਿੰਨੇ ਹੀ ਬੁਝਾਰਨ ਤੇ ਲੱਗੇ ਹੋਏ ਹਨ ਸ਼ਾਇਦ ਅਖਰ ਕਈਆਂ ਨੂੰ ਕੌੜੇ ਲੱਗਣ ਪਰ ਜੇ ਨਿਰਪੱਖੋ ਕੇ ਵਿਚਾਰ ਕਰਾਂਗੇ ਫਿਰ ਇਹ ਬਿਲਕੁਲ ਸਮਝ ਆ ਜਾਏਗਾ ਲੋ ਸ਼ਬਦ ਦੀ ਲਹਾਉਣੀ ਪੰਕਤੀ ਵਿੱਚ ਗੁਰੂ ਨਾਨਕ ਸਿੱਕੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਜੇ ਵਿੱਚ ਰੂਪਾ ਹੋਏ ਨਾਨਕ ਜੀ ਫਰਮਾਉਂਦੇ ਨੇ ਜਿਸ ਤਰ੍ਹਾਂ ਸਿੱਕੇ ਘੜੇ ਜਾਂਦੇ ਨੇ ਤੇ ਜੇ ਸਿੱਕੇ ਦੇ ਅੰਦਰ ਅਸਲੀਅਤ ਹੋਵੇ ਬੜਾ ਲੰਮਾ ਚੌੜਾ ਵਿਸਤਾਰ ਤਿੰਨ ਤਰ੍ਹਾਂ ਦੇ ਸਿੱਕੇ ਹੁੰਦੇ ਨੇ ਸੋਨੇ ਦੀਆਂ ਮੋਹਰਾਂ ਹੁੰਦੀਆਂ ਨੇ ਚਾਂਦੀ ਦਾ ਰੁਪਈਆ ਹੁੰਦਾ ਤੇ ਤਾਂਬੇ ਦੇ ਪੈਸੇ ਹੁੰਦੇ ਇਹ ਪੁਰਾਤਨ ਸਮੇਂ ਦੀਆਂ ਤਿੰਨ ਕਰੰਸੀਆਂ ਹਨ ਸੋਨੇ ਦੀ ਮੋਹਰ ਤਾਂ ਸ਼ੁੱਧ ਹੈ ਜਿਹਦੇ ਵਿੱਚ ਸੋਨਾ ਹੋਵੇ ਚਾਂਦੀ ਦਾ ਰੁਪਈਆ ਤਾਂ ਸ਼ੁੱਧ ਹੈ ਜਿਹਦੇ ਵਿੱਚ ਚਾਂਦੀ ਹੋਵੇ ਤੇ ਤਾਂਬੇ ਦੇ ਤੇ ਤਾਂਬੇ ਦੇ ਪੈਸੇ ਹੁੰਦੇ ਮਹਾਰਾਜ ਕਹਿੰਦੇ ਨੇ ਭਾਈ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਜੋਗੀ ਹੋਵੇ ਇਹ ਤਿੰਨ ਵਖ ਵਖ ਛਿੱਕੇ ਬਣ ਗਏ ਪਰ ਜੀਤੇ ਨਾਲ ਵਿੱਚ ਹੋਵੇ ਸ਼ੁੱਧਤਾ ਫਿਰ ਤੇ ਸਾਰੀ ਦੁਨੀਆ ਕਹੇਗੀ ਖਰਾ ਖਰਾ ਆਖ ਸਕੂ ਮੁਸਲਮਾਨਾਂ ਵਿੱਚ ਵੀ ਬਹੁਤ ਚੰਗੇ ਬੰਦੇ ਨੇ ਹਿੰਦੂਆਂ ਵਿੱਚ ਵੀ ਚੰਗੇ ਹਨ ਬ੍ਰਾਹਮਣਾਂ ਵਿੱਚ ਵੀ ਚੰਗੇ ਹਨ ਕਹਿਣ ਦਾ ਮਤਲਬ ਜੇ ਕਿਸੇ ਦੇ ਅੰਦਰ ਚੰਗਿਆਈ ਹੋਵੇ ਜੇ ਕਿਸੇ ਦਾ ਜੀਵਨ ਸ਼ੁੱਧ ਹੋਵੇ ਫਿਰ ਤਾਂ ਹਰ ਕੋਈ ਖਰਾ ਖਰਾ ਕਹੇ ਇਹ ਹੈ ਸ਼ਬਦ ਦਾ ਕੇਂਦਰੀ ਭਾਵ ਨਾਨਕ ਜੇ ਵਿੱਚ ਰੂਪਾ ਹੋਏ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਮਝੀ ਅਸੀਂ ਮੋਰਾ ਤਾਂ ਨਹੀਂ ਦੇਖਿਆ ਸੁਣਿਆ ਪੜ੍ਹਿਆ ਹਨ ਪਰ ਚਾਂਦੀ ਦੇ ਰੁਪਈਏ ਜਰੂਰ ਦੇਖਿਆ ਚਾਂਦੀ ਦੇ ਰੁਪਈਏ ਨੂੰ ਖੁਰਕਾਇਆ ਜਾਂਦਾ ਸੀ ਟਣਕਾਇਆ ਜਾਂਦਾ ਸੀ ਜੇ ਤੇ ਉਹਦੇ ਵਿੱਚ ਚਾਂਦੀ ਪੂਰੀ ਹੋਵੇ ਤੇ ਉਹ ਟਣੰਗ ਕਰਕੇ ਟਣਕਦਾ ਸੀ ਉਹਨੂੰ ਖਰਾ ਮੰਨਿਆ ਜਾਂਦਾ ਤੇ ਜਿਹਦੇ ਵਿੱਚ ਚਾਂਦੀ ਨਾ ਹੋਵੇ ਉਹ ਠੁਸ ਕਰਕੇ ਰਹਿ ਜਾਂਦਾ ਉਨ ਨੂੰ ਸਾਰੇ ਚੁੱਕ ਕੇ ਪਾਸੇ ਕਰਨ ਦੇ ਵੀ ਤਾਂ ਖੋਟਾ ਹੈ ਗੱਲ ਕੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਫਰਾਣਾ ਚੰਗਾ ਫਰਾਣਾ ਮਾੜਾ ਕਿ ਨਹੀਂ ਕਸਵਟੀ ਇਹ ਹੈ ਕਿ ਜੇ ਉਹਦੇ ਵਿੱਚ ਖਰਾਪਨ ਹੋਵੇ ਜੇ ਉਹਦੇ ਵਿੱਚ ਸ਼ੁੱਧਤਾ ਹੋਵੇ ਜੇ ਉਸ ਤੇ ਜੀਵਨ ਵਿੱਚ ਚੰਗੇ ਗੁਣ ਹੋਣ ਉਹ ਤਾਂ ਸਭ ਜਗ੍ਹਾ ਤੇ ਖਰਾ ਖਰਾ ਕਿਹਾ ਜਾਏ ਨਾਨਕ ਜੇ ਵਿੱਚ ਰੁਪਾ ਹੋਏ ਵਿੱਚ ਦੇ ਚੱਤੇ ਨੂੰ ਸਿਆਰੀ ਜੇ ਉਸ ਸਿੱਕੇ ਦੇ ਵਿੱਚ ਰੁਪਾ ਹੋਏ ਚਾਂਦੀ ਹੋਵੇ ਤਾਂ ਖਰਾ ਖਰਾ ਆਖੇ ਸਭ ਕੋਈ ਹਰ ਕੋਈ ਕਹਿੰਦਾ ਜੀ ਇਹ ਬੰਦਾ ਖਰਾ ਹੈ ਅੱਜ ਵੀ ਸਮਾਜ ਵਿੱਚ ਵੇਖੋ ਪੰਜੇ ਉਂਗਲਾਂ ਇਕੋ ਜਿਹੀ ਨਹੀਂ ਹੈ ਮੁਸਲਮਾਨਾਂ ਵਿੱਚ ਵੀ ਬੜੇ ਬੜੇ ਜੀਵਨ ਵਾਲੇ ਗੁਰਮੁਖ ਹੋਏ ਨੇ ਹੋਰ ਤਾਂ ਹੋਰ ਸੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਜੀਵਨ ਪੜਦੇ ਹਾਂ ਇੱਥੇ ਪੀਰ ਬੁੱਧੂ ਸ਼ਾਹ ਵਰਗੇ ਵੀ ਹਨ ਇੱਥੇ ਪੀਰ ਪੀਖਣ ਸ਼ਾਹ ਵਰਗੇ ਵੀ ਹਨ ਇੱਥੇ ਗਨੀ ਖਾਨ ਨਬੀ ਖਾਨ ਵਰਗੇ ਵੀ ਹਨ ਹੋਰ ਕਿੰਨਿਆਂ ਕਦੀ ਗਿਣਤੀ ਕੀਤੀ ਜਾਏ ਬਹੁਤ ਇਥੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵਰਗੇ ਵੀ ਹਨ ਕਹਿਣ ਦਾ ਮਤਲਬ ਜਿਨ੍ਹਾਂ ਦੇ ਅੰਦਰ ਖਰਾਪਨ ਹੈ ਉਹਨਾਂ ਨੂੰ ਤੇ ਸਾਰਾ ਸੰਸਾਰ ਖਰਾ ਹੈ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਤਮ ਕੋਏ راہ ਕਾਇਆ ਕਾਗਦ ਮਨ ਪਰਵਾਣਾ ਆਖਿਆ ਸਰੀਰ ਆਇਆ ਕਾਗਜ਼ ਵਾਂਗ ਔਰ ਜੋ ਇਸ ਕਾਗਜ਼ ਦੇ ਉੱਤੇ ਲਿਖਿਆ ਹੋਇਆ ਉਹ ਪਰਮਾਣਾ ਹੈ। ਭਾਗ ਪਰਮਾਤਮਾ ਵੱਲੋਂ ਲਿਖਿਆ ਹੋਇਆ ਹੁਕਮ ਹੈ। ਸਿਰ ਕੇ ਲੇਖ ਨਾ ਪੜਿਆ ਆਣਾ ਪਰੇ ਅਜਾਣਾ ਜੀਵ ਪਰਮਾਤਮਾ ਵੱਲੋਂ ਲਿਖੇ ਹੋਏ ਸਿਰ ਦੇ ਲੇਖ ਨੂੰ ਪੜਦਾ ਨਹੀਂ ਵਿਚਾਰਦਾ। ਦਰਗਾ ਘੜੀਆਂ ਤੀਨੇ ਲੇਖ ਦਰਗਾ ਹੁਣ ਇਹਨੂੰ ਬਹੁਤ ਪ੍ਰੇਮੀ ਦਰਗਾ ਬੋਲਦੇ ਨੇ ਦੇਖੋ ਚਾਰੇ ਅੱਖਰ ਮੁਕਤੇ ਹਨ ਔਰ ਇਹਦਾ ਉਚਾਰਨ ਦਰਗਾ ਹੀ শুদ্ধ ਹੈ ਦੱਦਾ ਰਾਰਾ ਗੱਗਾ ਹਾ ਹਾ ਇਹਨੂੰ ਦਰਗਾ ਕਿਵੇਂ ਬਣਾਉਂ ਦਰਗਾ ਘੜੀਆਂ ਘੜੇ ਜਾਂਦੇ ਹਨ ਪਰਮਾਤਮਾ ਦੀ ਦਰਗਾ ਵਿੱਚ ਇਹ ਤੀਨੇ ਲੇਖ ਰਜੋ ਤਮੋ ਸਤੋ ਭਾਵ ਤਿੰਨ ਗੁਣਾ ਵਾਲੀ ਬਿਰਤੀ ਦੇ ਤਿੰਨ ਤਰ੍ਹਾਂ ਦੇ ਲੋਕ ਹਨ ਕੁਝ ਹਨ ਜੋ ਸਤੋ ਬਿਰਤੀ ਦੇ ਹਨ ਕੁਝ ਹਨ ਜੋ ਰਜੋ ਬਿਰਤੀ ਦੇ ਹਨ ਕੁਝ ਹਨ ਜੋ ਤਮੋ ਬਿਰਤੀ ਦੇ ਜਿਵੇਂ ਤਿੰਨ ਤਰ੍ਹਾਂ ਦੇ ਸਿੱਕਿਆਂ ਦਾ ਜ਼ਿਕਰ ਕੀਤਾ ਮੋਹਰੇ ਵੀ ਹਨ ਰੁਪਏ ਵੀ ਹਨ ਤੇ ਪੈਸੇ ਵੀ ਹਨ ਅਕਾਈ ਸਿ ਤਰਾਂ ਇਹ ਮਾਇਆ ਦੇ ਤਿੰਨ ਗੁਣ ਹਨ ਜਿਨ੍ਹਾਂ ਦੇ ਤਿੰਨ ਨਾਮ ਹਨ ਰਜੋ ਗੁਣ ਸਤੋ ਗੁਣ ਤਮੋ ਗੁਣ ਬੜੀ ਢੂੰਗੀ ਗੱਲ ਕਹੀ ਬਾਤ ਸਨ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਆਣਾ ਦਰਗਾ ਕੜੀਆਂ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਲੋ ਨਿਰਣਾ ਕੀ ਹੋਇਆ ਵੀ ਕਿੰਨਾ ਵਿੱਚੋਂ ਜਿਹੜਾ ਵੀ ਖੋਟਾ ਹੈ ਉਹ ਕਿਸੇ ਕੰਮ ਨਹੀਂ ਹੁੰਦਾ ਜਦੋਂ ਉਹਦੀ ਪਰਖ ਹੋ ਜਾਏਗੀ ਜਦੋਂ ਉਹਨੂੰ ਠਣਕਾਇਆ ਜਾਏਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਤਹਾਸਾ ਕੀ ਬਾਤ ਵਿੱਚ ਵੀ ਕਿਹਾ ਉਥੇ ਸੱਚੇ ਹੀ ਸੱਚ ਨਿਭੜੇ ਚੁਣੋ ਭਖ ਕਢੇ ਜਜ ਮਾਲਿਆ ਸਾਡੀ ਬਦਕਿਸਮਤੀ ਹੈ ਕਿ ਹੁਣ ਅਸਾ ਕੀ ਬਾਅਦ ਸਿਰਫ 라ਗੀ ਸਿੰਘਾ ਨਹੀਂ ਉਹ ਪੜਦੇ ਨੇ ਸੁਣਨ ਵਾਲਾ ਕੋਈ ਹੁੰਦਾ ਨਹੀਂ ਮੰਨ ਲੋ ਜੇ ਕੋਈ ਸੁਣਨ ਵਾਲੇ ਵੀ ਕਿਦਲੇ ਹੁੰਦੇ ਨੇ ਤੇ ਪੜਨ ਵਾਲਿਆਂ ਨੂੰ ਉਹਦੇ ਅਰਥ ਹੀ ਨਹੀਂ ਹੁੰਦੇ ਮੈਂ 100 ਵਿੱਚੋਂ 85% 라ਗੀ ਸਿੰਘਾ ਨੂੰ ਨੇੜੇ ਹੋ ਕੇ ਦੇਖਿਆ ਪੁੱਛਿਆ ਨਹੀਂ ਜੇ ਤੁਸੀਂ ਤੇ ਪੜਦੇ ਨਹੀਂ ਭਾਈ ਪਰੰਦੇ ਨਾਲ ਉਹਦੀ ਵਿਚਾਰ ਕਰੋ ਔਰ ਇਹ ਵਿਚਾਰ ਲੋਕਾਂ ਲਈ ਨਹੀਂ ਪਹਿਲਾਂ ਆਪਣੇ ਲਈ ਕਰੋ ਬਾਬਾ ਨਾਨਕ ਜੀ ਤੇ ਕਹਿੰਦੇ ਨੇ ਉਥੈ ਸੱਚੇ ਹੀ ਸੱਚ ਨਿਭੜੇ ਚੋਣੋ ਬਖ ਕਢੇ ਜਜ ਮੰਨ ਲਿਆ ਥਾਉ ਨਾ ਪਾਇਨ ਕੂੜਿਆ ਮੋ ਕਾਲੇ ਦੋਜਕ ਚਾਲਿਆ ਅੱਗੇ ਜਾਤ ਨ ਜੋਰ ਹੈ ਅੱਗੇ ਜਿਓ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ ਦੇਖੋ ਬੜੀ ਢੂੰਗੀ ਬਾਣੀ ਹੈ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਇਆਣਾ ਦਰਗਾ ਘੜੀਆਂ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ ਇਹ ਸਮਝਾਉਣ ਦਾ ਤਰੀਕਾ ਹੈ ਕਾਇਆ ਸਾਡੇ ਸਾਰਿਆਂ ਕੋਲ ਹੈ ਇਹ ਕਾਗਜ਼ ਹੈ ਜਿਹੜਾ ਮਨ ਹੈ ਇਹ ਪਰਵਾਨਾ ਲਿਖਿਆ ਹੋਇਆ ਹੁਕਮ ਹੈ ਔਰ ਸਿਰਕੇ ਲੇਖਨ ਪੜੈ ਇਹ ਆਣਾ ਜਿਹੜੇ ਉਸ ਵੈਗੁਰੂ ਵੱਲੋਂ ਦਰਗਾਹੀ ਪਰਵਾਨਾ ਹੈ ਉਹਨੂੰ ਇਹ ਮੂਰਖ ਮਨੁਖ ਆਪਣੇ ਮੱਥੇ ਦੇ ਲੇਖ ਨਹੀਂ ਪੜਦਾ ਭਾਵੇਂ ਸਮਝਣ ਦਾ ਯਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿ ਉਹ ਜੇ ਸੰਸਕਾਰ ਲੇਕ ਉਸ ਦੇ ਮਨ ਵਿੱਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਨੇ ਮਾਇਆ ਦੇ ਕਿੰਨਾ ਗੁਣਾ ਦੇ ਅਸਰ ਹਟ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪੀ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿੱਚ ਉਕਰੇ ਜਾਂਦੇ ਹਨ ਪਰ हे ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ ਜਿਵੇਂ ਖੋਟੇ ਕੀਤੇ ਕੰਮਾਂ ਦਾ ਖੋਟਾ ਸੰਸਕਾਰ ਲੇਖ ਵੀ ਕੰਮ ਨਹੀਂ ਆਉਂਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਾ ਘੜੀਆਂ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖੜਾ ਖੜਾ ਆਖੇ ਸਭ ਕੋਈ 라ਓ ਲਓ ਹੁਣ ਵਾਰੀ ਵਾਰੀ ਤਿੰਨਾਂ ਦੀ ਗੱਲ ਕਰਦੇ ਹਾਂ ਕਿਉਂਕਿ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਮੁਸਲਮਾਨਾਂ ਦੀ ਹਕੂਮਤ ਸੀ ਤੇ ਮੁਸਲਮਾਨ ਹਾਕਮਾਂ ਨੇ ਕਾਜ਼ੀ ਨੂੰ ਆਪਣੇ ਨਾਲ ਰਲਾ ਲਿਆ ਜਿਹੜਾ ਵੀ ਕੰਮ ਕਰਨਾ ਪਰ ਜਾ ਤੇ ਥੋਕਣਾ ਉਜੀ ਪਰਵਾਨਗੀ ਕਾਜੀ ਦੀ ਲਾਲ ਕਿਤਾਬ ਤੋਂ ਲੈ ਲੈਣ ਹੁਣ ਜਦੋਂ ਪਤਾ ਹੋਵੇ ਕਿ ਸਾਡਾ ਫੈਸਲਾ ਕਾਜੀ ਨੇ ਕਰਨਾ ਤੇ ਫਿਰ ਕਾਜੀ ਕੋਲ ਜਾ ਕੇ ਲੋਕ ਰਿਸ਼ਵਤਾਂ ਦਿੰਦੇ ਪਾਤਸ਼ਾਹ ਨੇ ਕਿਹਾ ਇਹ ਹਾਲਤ ਬਣੀ ਹੋਈ ਹੈ ਇਸ ਵਕਤ ਕਾਜੀ ਕੂੜ ਬੋਲ ਮਰ ਖਾਏ ਝੂਠ ਬੋਲਣਾ ਕੀ ਹੈ ਕਿ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਬਨੋ ਕਿ ਬੋਲਣਾ ਕਿਉਂ ਝੂਠ ਰਿਸ਼ਵਤ ਲੈਣੀ ਜੇ ਤੂੰ ਰਿਸ਼ਵਤ ਦੇ ਦੇਵੇਂ ਤਾਂ ਫਿਰ ਤੇਰੇ ਹੱਕ ਵਿੱਚ ਫੈਸਲਾ ਹੋ ਜਾਏ ਇਸੇ ਤਰ੍ਹਾਂ ਉਹ ਲੋਕਾਂ ਨੂੰ ਮੁਸਲਮਾਨੀ ਬਣਾਉਂਦੇ ਸਨ ਜੇ ਧੋਪਰਾ ਹਿੰਦੂ ਲੜ ਪਏ ਚਲੇ ਗਏ ਕਾਜ਼ੀ ਦੇ ਕੋਲ ਤੇ ਕਾਜ਼ੀ ਨੂੰ ਜਿਹਨੇ ਰਿਸ਼ਵਤ ਦੇ ਦਿੱਤੀ ਉਹਦੇ ਹੱਕ ਵਿੱਚ ਫੈਸਲਾ ਤੋ ਕਹਿਣ ਦਾ ਮਤਲਬ ਜਿਸ ਨੇ ਲੋਕਾਂ ਨੂੰ ਧਾਰਮਿਕ ਜੀਵਨ ਦੀ ਸੋਝੀ ਦੇਣੀ ਸੀ ਉਹਦੀ ਹਾਲਤ ਇਹ ਕਾਜ਼ੀ ਕੂੜ ਬੋਲ ਮਨ ਖਾਏ ਬੋਲ ਦੇ ਲੱਲੇ ਨੂੰ ਸਿਹਰੀ ਬੋਲ ਕੇ ਮਨ ਖਾਏ પરાਇਆ maal کھانا ਰਿਸ਼ਵਤ ਲੈਣੀ ਇਹਨੂੰ ਗੰਦਗੀ ਕਿਹਾ ਗੁਰੂ ਨਾਨਕ ਬਾਸਾ ਤੇ ਸਪਸ਼ਟ ਕਰਨ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਤੋ ਕਾਜ਼ੀ ਦੀ ਹਾਲਤ ਇਹ ਹੈ ਬ੍ਰਾਹਮਣਾਂ ਨਾ ਹੈ ਜੀਆਂ ਕਾਹੇ ਉਹ ਤਾਂ ਬ੍ਰਾਹਮਣ ਤੀਰਥਾਂ ਤੇ ਇਸ਼ਨਾਨ ਕਰੇ ਆਪਣੇ ਆਪ ਨੂੰ ਬੜਾ ਸੱਚਾ ਤੇ ਪਵਿੱਤਰ ਕਰ ਪਰ ਸਮਾਜ ਦੇ ਅੰਦਰ ਐਸੀਆਂ ਵੰਡੀਆਂ ਪਾਈਆਂ ਹੋਈਆਂ ਹਨ ਕਿਸੇ ਨੂੰ ਸ਼ੂਦਰ ਕਹਿ ਕੇ ਕਿਸੇ ਨੂੰ ਵੈਸ਼ ਕਹਿ ਕੇ ਕਿਸੇ ਨੂੰ ਉੱਚਾ ਕਹਿ ਕੇ ਕਿਸੇ ਨੂੰ ਨੀਵਾਂ ਕਹਿ ਕੇ ਉਹਨਾਂ ਦਾ ਕਾਹਤ ਕਰਦੇ ਉਹਨਾਂ ਨਾਲ ਬੇਇਨਸਾਫੀ ਕਰਦੇ ਉਹਨਾਂ ਨੂੰ ਸਮਾਜਿਕ ਪੱਧਰ ਤੋਂ ਥੱਲੇ ਸੁੱਟਦੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਜਿਹੜੇ ਜੋਗੀ ਆਂ ਜਿਹੜੇ ਘਰ-ਬਾਰ ਛੱਡੀ ਫਿਰਦੇ ਨੇ ਕੇਸਾਂ ਦੀਆਂ ਜਟਾਵਾਂ ਬਣਾਉਂਦੇ ਨੇ ਸਿਰ ਵਿੱਚ ਸਵਾਭ ਪਾਉਂਦੇ ਨੇ ਲੋਕਾਂ ਨੂੰ ਕਹਿੰਦੇ ਨੇ ਇਸ ਗਰਸਤਰ ਨਰਕ ਵਿੱਚ ਨਾ ਪਿਆ ਜ। ਪਾਤਸ਼ਾਹ ਨੇ ਬੜਾ ਇਹਨਾਂ ਦਾ ਖੰਡਨ ਕੀਤਾ ਆਖਿਆ ਫਿਰ ਉਹਨਾਂ ਦੇ ਘਰ ਹੀ ਮੰਗਣ ਜਾਂਦੇ ਨੇ ਜੇ ਕਿਸੇ ਨੇ ਜੋਗ ਦੀ ਸਹੀ ਵਿਆਖਿਆ ਸਮਝਣੀ ਹੋਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ ਪਾਤਸ਼ਾਹ ਪਰਮਾਨੰਦਨ ਗਰਲੀ ਜੋਗ ਨਾ ਹੋਈ ਜੋਗ ਦਾ ਮਤਲਬ ਹੈ ਜੁੜਨਾ ਤੇ ਜੋਗੀ ਦਾ ਮਤਲਬ ਹੈ ਜੁੜਿਆ ਹੋਇਆ ਤੇ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਵੇ ਉਹਨੂੰ ਤੇ ਲੱਭ ਸਾਰੀ ਤਾਂ ਹੀ ਨਾ ਕਰਉਂਦਾ ਪਰ ਜੋਗੀਆਂ ਨੇ ਤੇ ਬਿਲਕੁਲ ਹੀ ਪੱਠਾ ਬਿਠਾ ਦਿੱਤਾ ਇਹਨਾਂ ਨੂੰ ਤੇ ਜੀਵਨ ਜਿਉਂ ਦੀ ਝੁਗਤ ਹੀ ਨਹੀਂ ਹੁੰਦੀ ਲੋ ਤਿੰਨਾਂ ਦਾ ਜ਼ਿਕਰ ਹੋ ਗਿਆ ਕਾਜ਼ੀ ਕੂੜ ਬੋਲ ਮਰਖਾਏ ਬ੍ਰਾਹਮਣ ਨਾ ਵਹਿ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਇਹ ਸੰਸਾਰ ਨੂੰ ਵਸਾਉਣ ਵਾਲੇ ਨਹੀਂ ਇਹ ਤਾਂ ਆਤਮਿਕ ਜੀਵਨ ਵੱਲੋਂ ਉਜਾੜਾ ਹੀ ਉਜਾੜਾ ਕਰ ਰਿਹਾ ਹੈ ਜਿਨ੍ਹਾਂ ਨੂੰ ਧਰਮ ਦੇ ਠੇਕੇਦਾਰ ਬਣਾਇਆ ਗਿਆ ਕਾਜ਼ੀਆਂ ਦੀ ਹਾਲਤ ਇਹ ਹੈ ਬ੍ਰਾਹਮਣਾਂ ਦੀ ਹਾਲਤ ਇਹ ਹੈ ਜੋਗੀਆਂ ਦੀ ਹਾਲਤ ਇਹ ਹੁਣ ਪਾਦਸ਼ਾਹ ਕਿਰਪਾ ਕਰਦੇ ਭਾਈ ਅਸਲ ਜੋਗੀ ਕੌਣ ਹੈ ਸੋ ਜੋਗੀ ਜੋ ਜੁਗਤ ਪਛਾਣੇ ਅਸਲ ਜੋਗੀ ਉਹ ਹੈ ਜਿਨੂੰ ਪਰਮਾਤਮਾ ਨਾਲ ਜੁੜਨ ਦੀ ਯੋਗਤਾ ਹੈ ਤੇ ਗੁਰ ਪ੍ਰਸਾਦੀ ਏਕ ਹੋ ਜਾਣੇ ਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਣਾ ਕਰੇ ਕਾਜੀ ਸੋ ਜੋ ਉਲਟੀ ਕਰੇ ਹੁਣ ਉਲਟੀ ਅੱਖਰ ਜਿਹੜਾ ਇਹ ਹੈ ਬਿਰਤੀ ਦਾ ਬਦਲਾਉਣਾ ਕਾਜੀ ਅਸਲ ਵਿੱਚ ਉਹ ਹੈ ਜਿਹੜਾ ਆਪਣੀ ਬਿਰਤੀ ਨੂੰ ਬਦਲੇ ਵਿੱਤ ਕਰੇ ਨਾ ਕਰੇ ਰਿਸ਼ਵਤੀ ਨਾ ਹਵੇ ਲੋਕਾਂ ਦੇ ਹੱਕ ਨਾ ਮਾਰੇ ਅਤੇ ਲੋਕਾਂ ਨੂੰ ਮذਬੀ ਜਨੂਨ ਤੋਂ ਬਚਾਏ ਕਾਜ਼ੀ ਸੋ ਜੋ ਉਲਟੀ ਕਰੇ ਗੁਰਪ੍ਰਸਾਦ ਦੀ ਜੀਵਤ ਮਰੇ ਤੇ ਗੁਰੂ ਦੀ ਕਿਰਪਾ ਦੁਆਰਾ ਆਪਣੇ ਅਹੰਕਾਰ ਨੂੰ ਛੱਡੇ ਤੇ ਲੋਕਾਂ ਉੱਤੇ ਜ਼ੁਲਮ ਨਾ ਕਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ ਬ੍ਰਾਹਮਣ ਦਾ ਇਹ ਕੰਮ ਨਹੀਂ ਸੀ ਇਹ ਲੋਕਾਂ ਵਿੱਚ ਵੰਡੀਆਂ ਪਾਉਣੀਆਂ ਕਿਸੇ ਨੂੰ ਨੀਵਾ ਕਿਸੇ ਨੂੰ ਉੱਚਾ ਕਹਿਣਾ ਜਦੋਂ ਬ੍ਰਹਮ ਦੀ ਜੋਤ ਸਾਰਿਆਂ ਵਿੱਚ ਹੈ ਫਿਰ ਇਹ ਵਿਤਕਰੇ ਕਿਉਂ ਪਾਏ ਤਾਂ ਇਸ ਲਈ ਪਾਤਸ਼ਾਹ ਕਰਨ ਸੋ ਬ੍ਰਾਹਮਣ ਜੋ ਬ੍ਰह्म ਵਿਚਾਰ ਹੈ ਆਪ ਤਰੈ ਸਗਲੇ ਕੁਲ ਤਰੈ ਤੇ ਜਿਹੜਾ ਬ੍ਰਾਹਮਣ ਬ੍ਰह्म ਦੀ ਵਿਚਾਰ ਕਰੇ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰੇਗਾ ਤੇ ਉਹਦੇ ਜਿਹੜੇ ਫਾਲੋਅਰਸ ਹੋਣਗੇ ਉਹਦੀ ਗੱਲ ਮੰਨਣ ਵਾਲੇ ਉਹਨਾਂ ਨੂੰ ਵੀ ਕਰੇ دانشਬੰਦ ਸੋਈ ਦਿਲ ਤੋਂ ਵੇ دانشਬੰਦ ਇਹ ਫਾਰਸੀ ਦਾ ਅਖਾਣ ਉਹ ਹੈ ਅਸਰ ਸਿਆਣਾ ਉਹ ਹੈ ਅਕਲ ਵਾਲਾ ਅਕਲਮੰਦ ਜਿਹੜਾ ਆਪਣੇ ਦਿਲ ਨੂੰ ਧੋਵੇ ਭਾਵ ਆਪਣੇ ਦਿਲ ਤੇ ਲੱਗੀ ਹੋਈ ਵਿੱਤ ਕਰਿਆਂ ਦੀ ਮੈਲ ਨੂੰ ਧੋਣਾ ਕਰੇ ਮੁਸਲਮਾਨ ਹੋਈ ਮਰ ਖੋਵੇ ਮੁਸਲਮਾਨ ਅਸਲ ਵਿੱਚ ਉਹ ਹੈ ਜਿਹੜਾ ਆਪਣੇ ਹਿਰਦੇ ਤੇ ਲੱਗੀ ਹੋਈ ਵਿਕਾਰਾਂ ਦੀ ਮੈਲ ਨੂੰ ਧੋਵੇ ਸਾਮਾ ਬੜਾ ਸੰਖੇਪ ਹੈ ਮੇਰੇ ਪਾਤਸ਼ਾਹ ਨੇ ਜੋ ਮੁਸਲਮਾਨ ਦੀ ਵਿਆਖਿਆ ਕੀਤੀ ਮੁਸਲਮਾਨ ਮੂਮਦ ਲੋਵੇ ਅੰਤਰ ਕੀ ਮਰ ਜਲਤੇ ਧੋਵੇ ਦੁਨੀਆ ਰੰਗ ਨਾ ਆਵੇਂ ਨੇੜੇ ਜਿਉਂ ਕੁਸਮ ਪਾਟ ਕਿਉ ਪਾ ਘਰ ਮੁਸਲਮਾਨ ਦੇ ਅਖਰੀ ਅਰਥ ਨੇ ਜੋ ਈਮਾਨ ਦਾ ਮੁਜਸਮਾ ਹੋਵੇ ਤੋ ਪਾਦਸ਼ਾਨੀ ਨਰਨਾ ਕਰ ਦਿੱਤਾ ਅਖੀਰ ਵਿੱਚ ਕਿਹਾ ਪੜਿਆ ਬੁੱਝੈ ਸੋ ਪਰਵਾਨ ਭਾਈ ਪੰਡਿਤ ਵੀ ਉਹ ਹੈ ਵਿਦਵਾਨ ਵੀ ਉਹ ਹੈ ਜੋ ਕੁਝ ਪੜ੍ਹੇ ਜੋ ਲੋਕਾਂ ਨੂੰ ਸੁਣਾਵੇ ਜੋ ਲੋਕਾਂ ਨੂੰ ਸਮਝਾਵੇ ਉਹ ਆਪ ਹੀ ਮੰਨੇ ਸੋ ਪੰਡਿਤ ਜੋ ਮਨ ਪਰ ਭੂਦੇ RAM ਨਾਮ ਆਤਮੈ ਸੁਦੇ ਜਿਸ ਸਿਰ ਦਰਗਾਹ ਕਾ ਨਿਸ਼ਾਨ ਆਖਿਆ ਉਹ ਹੈ ਅਸਲ ਵਿਦਵਾਨ ਜੋ ਆਪਣੀ ਵਿਦਿਆ ਨੂੰ ਸਮਝੇ ਜਿਸਦੇ ਸਿਰ ਤੇ ਜਿਸਦੇ ਮੱਥੇ ਉਤੇ ਨਿਸ਼ਾਨ ਇਹ ਟੱਕ ਲਗਾਉ ਤੂੰ ਸਾਧ ਸੰਗਤ ਜਗਤ ਗੁਰੂ ਬਾਦਸ਼ਾਹੀ ਬਾਣੀ ਕਿੰਨੀ ਢੂੰਗੀ ਹੈ ਪਰ ਅਫਸੋਸ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਕੇ ਸਿੱਖਕ ਵਾਂਦੇ ਨੇ ਉਹ ਵੀ ਨਹੀਂ ਪੜ ਰਹੇ ਉਹ ਵੀ ਨਹੀਂ ਵਿਚਾਰ ਮੈਂ ਸਾਰਿਆਂ ਦੀ ਗਲਤੀ ਨਹੀਂ ਕਰਦਾ ਵਿਚਾਰਵਾਨ ਵੀ ਹਨ ਪਰ ਬਹੁਤ ਥੋੜੇ ਜੇ ਅਸੀਂ ਸਾਰੇ ਗੁਰੂ ਦੀ ਬਾਣੀ ਦੀ ਸਹੀ ਵਿਚਾਰ ਕਰੀਏ ਦੂਜਿਆਂ ਨੂੰ ਵੀ ਸਮਝਾਈਏ ਫਿਰ ਸਮਝ ਆਵੇਗੀ ਕਿ ਜ਼ਾਹਰ ਪੀਰ ਜਗਤ ਗੁਰ ਬਾਪ ਸਮਾਂ ਆ ਗਿਆ ਨਹੀਂ ਗੰਦਾ ਇਹ ਸ਼ਬਦ ਨੂੰ ਖੋਲਣ ਦਾ ਹੋਰ ਸਮਾਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ